ਮੈਨੂੰ ਨਜ਼ਰ ਨਹੀਂ ਆਉਂਦੀ। ਸੈਯਦੀ ਆਵਾਜ਼ ਦੀ ਭੇਣ ਮੇਰਾ ਗਾਲੀ ਬੰਦਾ ਜਲਾਲੀ ਆਲਾ ਹੈ ਆਪਣੇ ਦੋਦ ਅਲੀ ਹੈ ਜਦਾ ਬਾਰ ਬਾਰ ਇਮਾਮ ਆਖੇ ਆਪਣੇ ਦੋਦ ਅਲੀ ਹੈ ਬਿਰਾ ਦੇ ਪਾਸੇ ਦੇ ਕਿਆ ਦੀਏ ਮੈਂ ਜ਼ੰਗ ਨੇ ਹਗਾ ਦੇ ਦੀ ਜੰਗ ਨਾ ਕਰੇ ਸੀ ਉਹ ਚੁੱਪ ਕਰ ਕੇ ਜਿਬਿਆ ਤੇ ਬਾਦੂ ਕਤੇ ਸੀ ਅਬਦ ਕਰੀ ਅਪਾਏ ਮੇਰੇ ਨਾਲ ਵੈਸੇ ਅਬਦ ਕਰੀ ਅਪਾਏ ਤੂੰ ਮੁਸਲੇ ਦੋ ਬੇਜੀ ਚ ਮੁਸਲਮ ਬਿਰਾ ਸਲਾਹ ਚੰਗੀ ਲੱਗੀ ਇਸ ਆਖਰੀ ਵਾਰ ਸਾਰੇ ਹਾਸ਼ਮੀਆਂ ਨੂੰ ਸੱਦਿਆ ਨੇ ਸਾਰੇ ਕਤਾਰ ਚ ਖੜੇ ਨੇ ਇੱਕ ਇੱਕ ਦੇ ਮੂੰਹ ਦੇ ਉੱਠਾਏ ਗਰੀਬੇ ਕਰਬਲਾ ਸਾਰੇ ਦੇਖ ਕੇ ਤੇ ਮੌਲਾ ਅੱਜ ਕਈ ਪਰੇਸ਼ਾਨੀ ਹੈ ਇਮਾਮ ਫਰਮਾਇਆ ਅੱਜ ਮੈਂ ਜਿਵੇਂ ਆਖਾਂ ਮਨੇ ਸੁਆ ਦਿਨ ਮੌਲਾ ਕੇ ਕਿਹੜਾ ਇਨਕਾਰ ਕੀਤਾ ਇਮਾਮ ਫਰਮਾਇਆ ਇਨਕਾਰ ਨਹੀਂ ਤਾਂ ਹਨਫੀਆ ਵੀ ਤੂੰ ਵਤਨ ਤੇ ਟੁਰ ਵਾਂ ਹੱਥ ਬੰਨ ਕੇ ਆਦਾ ਮੌਲਾ ਮੈਂ ਆਪ ਕਿਨਵੰਨ ਹੈ ਸੈਯਦੀ ਆਵਾਜ਼ ਹੈ ਮੈਂ ਅਕਬਰ ਦੀ ਜਾਨੀ ਰਾ ਕਿਨਵੰਨੀ ਹੈ ਆਵਾਜ਼ ਦੀ ਮੈਨੂੰ ਵਤਨ ਭੇਜ ਕੇ ਪੁੱਤਰ ਦੀ ਸ਼ਾਦੀ ਕਰੇ ਸੇ ਸੈਯਦੀ ਆਵਾਜ਼ ਹੈ ਬਿਰਾ ਦੂਰੋਂ ਇਹ ਤਾਰੀਖਾਂ ਵਧਾ ਦਿੰਦੀਆਂ ਆਵਾਜ਼ ਦੀ ਮੌਲਾ ਮੈਂ ਤਾਂ ਵੰਜਾ ਜੋ ਮੈਂ ਵੀ ਬਤੂਲ ਦਾ ਪੁੱਤਰਾਂ ਅੱਜ ਮੈਂ ਟੁਰ ਵੰਜਾ ਤੇਰੇ ਨਾਲ ਕੁਝ ਬਣ ਵੰਜੇ ਲੋਕ ਅਕਸਰ ਚੰਗੀ ਮਾਂ ਦਾ ਪੁੱਤਰ ਨਾ ਔਖੇ ਵੇਲੇ ਆਪਣੇ ਸਰਦਾਰ ਨੂੰ ਛੋੜ ਕੇ ਟੁਰ ਗਿਆ ਹੈ ਜਦੋਂ ਇਮਾਮ ਸਮਝਿਆ ਨਾ ਮੇਰਾ ਫਿਰਾ ਇਹ ਨਹੀਂ ਮੰਨਦਾ ਕਲਾਮ ਦਾ ਰੁੱਖ ਬਦਲਿਆ ਨੇ ਪਹਿਲੂ ਬਦਲਿਆ ਨੇ ਸੈਯਦ ਦੀ ਹਨਫੀਆ ਵੀਰ ਮੈਂ ਹੁਸੈਨ ਬਣ ਕੇ ਨਹੀਂ ਫਿਰਾ ਬਣ ਕੇ ਨਹੀਂ ਇਮਾਮ ਹੋ ਕੇ ਹੁਕਮ ਪੇੜੇ ਨਾ ਵਤਨ ਤੇ ਵਾਲਵਨ ਅੱਲਾ ਜਾਣੇ ਬਿਮਾਰ ਦੀ ਕਿਵੇਂ ਬਦਲੀ ਦੀ ਵਜੂਦ ਕੰਮ ਗਿਆ ਆ ਵਾਂ ਮੇਰੇ ਬੱਚੇ ਆਜ 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 ਮੈਂ ਸਜਨ ਦਾ ਜਪੇ ਰਾਜ ਵਜੂਦ ਕੰਮ ਗਿਆ ਕਦਮਤ ਅਥਰਾ ਕਦ ਅਕਬਰ ਦਾ ਬਾਬਾ ਹੁਕਮ ਇਮਾਮ ਹੈ ਮੈਂ ਇਨਕਾਰ ਨਹੀਂ ਕਰੇਂਦਾ ਮਗਰ ਇਮਾਮ ਹੋ ਕੇ ਸੱਚ ਦੱਸਾ ਮੈਂ ਤੁਹਾਡਾ ਕੇ ਲੱਗਦਾ ਮਨ ਵੇਖ ਆਓ ਬਿਸਮਿਲ ਸੈਯਦ ਦੀ ਆਵਾਜ਼ ਆਉਂਦੀ ਹੈ ਤੂੰ ਮੇਰਾ ਭਰਾ ਹੈ ਆਵਾਜ਼ ਆਉਂਦੀ ਹੈ ਮੌਲਾ ਇਮਾਮਤ ਅਲਾ ਹੁਕਮ ਆਪਣਾ ਮਨਵਾ ਅਲੀ ਦਾ ਪੁੱਤਰ ਸਮਝ ਕੇ ਇੱਕ ਮੇਰੀ ਮਾਨ ਸੈਯਦਾ ਦਾ ਕਿਹੜੀ ਬਣਵੇਲਾ ਹੈ ਕਦਮੀਆਂ ਕਦਮਾਂ ਦਖਲਾ ਕਦੀ ਅਕਬਰ ਦਾ ਬਾਬਾ ਮੈਂ ਕੱਲਾ ਨਾ ਵੈਸਾ ਮੈਂ ਜ਼ੈਨਬ ਦਾ ਮਾਂ ਮਲੀ ਵਤਨ ਤੱਕ ਵੈਸਾ ਮੇਰੀ ਭੇਰ ਕੋਈ ਜੰਗਲਾਂ ਚ ਨੂੰ ਲਾਉਂਦਾ ਦਾਦੀ ਇਹ ਰੋਂਦਾ ਹੋਇਆ ਤੁਰਿਆ ਚੌਥੇ ਅਲੀ ਤੋਂ ਡਿੱਠਾ ਨੇ ਇੱਥਾਂ ਹੀ ਸੁਣੇ ਦਾ ਪਿਆ ਮੁਸਲਮ ਜੀ ਸਰਦਾਰ ਤੂੰ ਕੂਫੇ ਵਾਂ ਕੂਫੇ ਵਾਲੇ ਦੇ ਹਜ਼ਾਰਾਂ ਖੱਤ ਆਏ ਲੱਗਾ ਵਾਂ ਉਮੀਦ ਲੱਗ ਪਵੀ ਮੈਂ ਖੱਤ ਲਿਖ ਛੋੜੇ ਮੈਂ ਭੇਣੀ ਨੂੰ ਨਾ ਲਾ ਕੇ ਉਦਾਂ ਹੀ ਲੱਗਾ ਸੀ ਕਦਮਤ ਹੱਥ ਲਾ ਕੇ ਦਾ ਮੌਲਾ ਇਜਾਜ਼ਤ ਸੈਯਦ ਦੀ ਆਵਾਜ਼ ਆਉਂਦੀ ਹੈ ਕੱਲਾ ਨਾ ਮੰਨੇ ਪੁੱਤਰਾਂ ਨੂੰ ਨਾਲ ਗਿਣਵਾ ਮੈਂ ਸਦਕੇ ਜਾਵਾਂ ਆਵਾਜ਼ ਆਉਂਦੀ ਹੈ ਮੌਲਾ ਕਿਹੜੀ ਜੋੜੀ ਗਿਣਵੰਜਾ ਪੁੱਤਰ ਮੇਰੇ ਛੇਨ ਸੈਯਦ ਦੀ ਆਵਾਜ਼ ਆਉਂਦੀ ਹੈ ਜਿਹੜੀ ਛੋਟੀ ਜੋੜੀ ਹੱਥ ਮੰਨ ਕੇ ਦਾ ਮੌਲਾ ਇਹ ਛੋਟੇ ਮਾਸੂਮ ਨਾ ਹਥਿਆਰ ਚਾ ਸਕਦੇ ਨਾ ਤਲਵਾਰ ਚਾ ਸਕਦੇ ਮੇਰੇ ਨਾਲ ਜੰਗ ਨਹੀਂ ਲੜ ਸਕਦੇ ਮੌਲਾ ਇਹਨਾਂ ਮੇਰੀ ਕਿਹੜੀ ਪਰਦੇਸ ਚ ਮਦਦ ਕਰਨੀ ਹੈ ਸੈਯਦ ਦੀ ਆਵਾਜ਼ ਆਉਂਦੀ ਹੈ ਮੇਰਾ ਸੋਹਣਾ ਵੀਰ ਮੁਸਲਿਮ ਵੀਰ ਤਾਰੀਖ ਅੰਬੀਆ ਪੜ ਹਰ ਨਬੀ ਦੀ ਗਵਾਹੀ ਮਾਸੂਮਾਂ ਦਿੱਤੀ ਉਤਰਾ ਨੂੰ ਨਾ ਲਾ ਕੇ ਲਗਵਾਏ ਖੇਮੇ ਆਏ ਲਾਹੌਰ ਦੀ ਮਲਕਾ ਦੀ ਦੀਦ ਪਈ ਹੈ ਆਵਾਜ਼ ਆਉਂਦੀ ਹੈ ਕਹਿਰ ਆਈ ਕਿਉਂ ਬਦਰ ਹੋਣੇ ਆਵਾਜ਼ ਆਉਂਦੀ ਹੈ ਸਰਦਾ ਦਾ ਹੁਕਮ ਹੈ ਮੈਂ ਕੂਫੇ ਵੱਜਣਾ ਕੱਲਾ ਨਹੀਂ ਪੁੱਤਰਾਂ ਨੂੰ ਨਾਲ ਘਿਰ ਵੱਜਣਾ ਹੈ ਬੀਬੀਆ ਦੀ ਇਹ ਕਿਹੜੀ ਜੋੜੀ ਘਿਰ ਵੱਜਣੀ ਹੈ ਰੋ ਰੋ ਕੇ ਦੇਖਣ ਹੋਵੇ ਮੋਹੇ ਤਿਆਰੀ ਕਰਾਵੇ ਸਮਝ ਕੇ ਯਤੀਮੇ ਹੋ
آخری بار سر چاہتا آئے تو آج آخری بار کربلا دیاں ماواں دے حوصلے ویکھو پتراں دے سر تے ہتھ رکھے اس آخری بند خیمے چ گن آئی لاہور دی ملکہ جڑے شام نہیں جا سکتے لاہور دور تو کوئی نہیں تیریاں دیاں دے کھج ہون خیمے چ گن آئی پتراں دی تیاری بیٹھی کریں اللہ جانے کوئی ہو جا منظر بنیا ہے میری سائیں زمین تے جھڑ پئی چھوٹا پتر بھر پیا ہے پیو دے سامنے آیا ہے ہاتھ مل کے دے بابا مینو ایج لگتا ہے ماں مر گئی ہے آواز لیے میرا بچڑا ہویا کیا ہے ماتم کر کے دے بابا کفن واں گما رہی ہے